ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਸੰਗਤ ਜੀ, ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਹਾਂ, ਭਾਵ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਕੁਝ ਦੇਰ, ਕੁਝ ਸਮਾਂ ਸੇਵਾ ਜ਼ਰੂਰ ਕੀਤੀ ਜਾਵੇ। ਜੋ ਵੀ ਸੇਵਾ ਮਿਲ ਜਾਵੇ ਤਾਂ ਹਰ ਇਨਸਾਨ ਬੜੇ ਚਾਅ ਦੇ ਨਾਲ ਉਹ ਸੇਵਾ ਕਰਦਾ ਹੈ। ਭਾਵੇਂ ਝਾੜੂ ਪੋਚੇ ਦੀ ਸੇਵਾ ਮਿਲ ਜਾਵੇ, ਬਰਤਨਾਂ ਦੀ ਸੇਵਾ ਮਿਲ ਜਾਵੇ, ਪ੍ਰਸ਼ਾਦਾ ਬਣਾਉਣ ਜਾਂ ਛਕਾਉਣ ਦੀ ਸੇਵਾ ਮਿਲ ਜਾਵੇ, ਜਿਹੜੀ ਵੀ ਸੇਵਾ ਮਿਲ ਜਾਵੇ, ਕੋਈ ਭਾਰਾ ਕੰਮ ਹੋਵੇ ਭਾਵੇਂ ਹੌਲਾ ਕੰਮ ਹੋਵੇ, ਅਸੀਂ ਉਸ ਕੰਮ ਨੂੰ, ਉਸ ਸੇਵਾ ਨੂੰ ਬੜੇ ਹੀ ਚਾਅ ਉਤਸ਼ਾਹ ਦੇ ਨਾਲ ਕਰਦੇ ਹਾਂ। ਕਦੇ ਵੀ ਸੇਵਾ ਕਰਦਿਆਂ ਸਰੀਰ ਥੱਕਦਾ ਨਹੀਂ ਆ, ਨਾ ਹੀ ਮਨ ਅੱਕਦਾ ਹੈ। ਦਿਲ ਕਰਦਾ ਵੀ ਇਹ ਸੇਵਾ ਕਰਦੇ ਰਹੀਏ। ਸਰੀਰ ਦੇ ਵਿੱਚ ਇੱਕ ਚੁਸਤੀ ਫੁਰਤੀ ਆ ਜਾਂਦੀ ਆ, ਊਰਜਾ ਐਨਰਜੀ ਆ ਜਾਂਦੀ ਆ। ਤਾਂ ਕਦੇ ਸੋਚਿਆ ਵੀ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਕਿਉਂ ਨਹੀਂ ਥੱਕਦੇ, ਜਾਂ ਸਾਡਾ ਮਨ ਕਿਉਂ ਨਹੀਂ ਅੱਕਦਾ? ਕਿਉਂਕਿ ਉੱਥੇ ਸਾਨੂੰ ਪਤਾ ਹੁੰਦਾ ਹੈ ਕਿ ਇਹ ਸੇਵਾ ਕੀਤਿਆਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮੈਨੂੰ ਮਿਲਣੀ ਆ। ਖਾਸ ਕਰਕੇ ਜਿਨ੍ਹਾਂ ਨੂੰ ਸੇਵਾ ਦੇ ਮਹੱਤਵ ਬਾਰੇ ਪਤਾ ਹੈ ਨਾ, ਉਹ ਤਾਂ ਬੜਾ ਭੱਜ ਭੱਜ ਕੇ ਸੇਵਾ ਕਰਦੇ ਨੇ, ਮਨ ਲਾ ਕੇ ਸੇਵਾ ਕਰਦੇ ਨੇ। ਚਲੋ, ਸੇਵਾ ਕਰਨਾ ਬੜੀ ਚੰਗੀ ਗੱਲ ਆ, ਕਿਉਂਕਿ ਸੇਵਾ ਸਿਮਰਨ ਇਹ ਕਰਮਾਂ ਵਾਲਿਆਂ ਨੂੰ, ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਤਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ, ਸੇਵਾ ਜ਼ਰੂਰ ਕਰਨੀ ਆ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲੇਗੀ। ਪਰ ਸੰਗਤ ਜੀ, ਆਪਾਂ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਘਰ ਦੇ ਕੰਮ ਕਾਰ ਕਰਕੇ ਵੀ ਗੁਰੂ ਸਾਹਿਬ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਹਾਂ? ਭਾਵ ਕਿ ਜਿਹੜਾ ਹੀ ਕੰਮ ਕਰੀਏ, ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਕਰੀਏ, ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਕਰੀਏ। ਜਿਵੇਂ ਹੁਣ ਆਪਾਂ ਘਰ ਦੇ ਪਰਿਵਾਰ ਦੇ ਜੂਠੇ ਬਰਤਨ ਸਾਫ਼ ਕਰਦੇ ਹਾਂ, ਤਾਂ ਕਈ ਭੈਣਾਂ ਬੀਬੀਆਂ ਘਰ ਦੇ ਜੂਠੇ ਬਰਤਨਾਂ ਤੋਂ ਬਹੁਤ ਲੜਾਈ ਝਗੜਾ ਕਰਦੀਆਂ ਨੇ। ਆਪਾਂ ਸਭ ਦੀ ਗੱਲ ਨਹੀਂ ਕਰ ਰਹੇ, ਪਰ ਕੁਝ ਘਰਾਂ ਦੇ ਵਿੱਚ ਬਰਤਨਾਂ ਨੂੰ ਲੈ ਕੇ ਬੜਾ ਕਲੇਸ਼ ਰਹਿੰਦਾ ਹੈ, ਘਰ ਦੇ ਕੰਮਾਂ ਕਾਰਾਂ ਨੂੰ ਲੈ ਕੇ ਬੜਾ ਕਲੇਸ਼ ਰਹਿੰਦਾ ਹੈ। ਉਹਨਾਂ ਨੇ ਇੱਕ ਦੂਸਰੇ ਦੀ ਡਿਊਟੀ ਲਗਾਈ ਹੁੰਦੀ ਆ, ਅਤੇ ਡਿਊਟੀ ਦੇ ਅਨੁਸਾਰ ਹੀ ਕੰਮ ਕਰਨਾ ਹੈ, ਇੱਕ ਦੂਸਰੇ ਦਾ ਕੰਮ ਕਰਕੇ ਰਾਜ਼ੀ ਨਹੀਂ। ਪਰ ਸੰਗਤ ਜੀ, ਜੇਕਰ ਆਪਾਂ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਵੀ ਬੜੇ ਚਾਅ ਦੇ ਨਾਲ ਕਰੀਏ, ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਕਰੀਏ, ਮੂਲ ਮੰਤਰ ਜੀ ਦਾ ਜਾਪ ਕਰਦੇ ਕਰਦੇ ਕਰੀਏ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਖੁਸ਼ੀ ਸਾਨੂੰ ਮਿਲ ਸਕਦੀ ਆ। ਫਿਰ ਸਾਡੀ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਦਾ ਵੀ ਸਾਨੂੰ ਕਈ ਗੁਣਾ ਵੱਧ ਕੇ ਫਲ ਮਿਲੇਗਾ। ਕਿਉਂਕਿ ਇਹ ਨਹੀਂ ਆ ਵੀ ਜੇ ਆਪਾਂ ਘਰ ਦੇ ਕੰਮਾਂ ਤੋਂ, ਘਰ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰਦੇ ਹਾਂ ਅਤੇ ਗੁਰੂ ਘਰ ਦੇ ਵਿੱਚ ਭੱਜ ਭੱਜ ਕੇ ਸੇਵਾ ਕਰਾਂਗੇ ਤਾਂ ਸਾਡੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਣਗੇ। ਨਾ ਜੀ ਨਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਤੁਹਾਨੂੰ ਮਿਲੀਆਂ ਨੇ ਨਾ, ਉਹਨਾਂ ਨੂੰ ਵੀ ਨਿਭਾਉਣਾ ਹੈ। ਗੁਰੂ ਸਾਹਿਬ ਜੀ ਨੇ ਕਿਤੇ ਵੀ ਸਾਨੂੰ ਇਹ ਨਹੀਂ ਕਿਹਾ ਵੀ ਘਰ ਘਰਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰ ਲਓ। ਕਿਤੇ ਵੀ ਸਾਨੂੰ ਸਿਰਫ ਨਾਮ ਜਪਣ ਦੇ ਲਈ, ਸਿਰਫ ਸੇਵਾ ਕਰਨ ਦੇ ਲਈ ਨਹੀਂ ਕਿਹਾ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਫ਼ ਸਪਸ਼ਟ ਕੀਤਾ ਹੈ ਕਿ ਜੇ ਤੂੰ ਗੁਰੂ ਘਰ ਦੇ ਵਿੱਚ ਸੇਵਾ ਕਰਨ ਆ ਰਿਹਾ ਹੈ ਨਾ, ਸਭ ਤੋਂ ਪਹਿਲੀ ਸੇਵਾ ਤੇਰੇ ਘਰ ਦੇ ਵਿੱਚ ਆ, ਤੇਰੇ ਮਾਪਿਆਂ ਦੇ ਰੂਪ ਦੇ ਵਿੱਚ। ਜੇਕਰ ਅਸੀਂ ਮਾਪਿਆਂ ਦੇ ਆਗਿਆਕਾਰੀ ਹਾਂ, ਆਪਣੇ ਮਾਪਿਆਂ ਦੀ ਗੱਲ ਨੂੰ ਮੰਨਦੇ ਹਾਂ, ਉਹਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ, ਤਾਂ ਹੀ ਸਾਡੀ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਸਫਲ ਹੋਵੇਗੀ। ਇਹ ਭਾਵੇਂ ਧੀਆਂ ਪੁੱਤ ਨੇ ਅਤੇ ਭਾਵੇਂ ਨੌਹਾਂ, ਸਭ ਦੇ ਲਈ ਗੱਲ ਲਾਗੂ ਹੁੰਦੀ ਆ। ਜੇਕਰ ਅਸੀਂ ਆਪਣੇ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰ ਰਹੇ ਹਾਂ, ਬਜ਼ੁਰਗਾਂ ਦੀ ਸੇਵਾ ਕਰ ਰਹੇ ਹਾਂ, ਤਾਂ ਹੀ ਸਾਡੀ ਕੀਤੀ ਹੋਈ ਸੇਵਾ ਸਫਲ ਹੋਵੇਗੀ। ਤਾਂ ਇਹ ਗੱਲ ਨੂੰ ਹਮੇਸ਼ਾ ਦਿਮਾਗ ਦੇ ਵਿੱਚ ਰੱਖਣਾ ਹੈ। ਘਰ ਦੇ ਕੰਮਾਂ ਕਾਰਾਂ ਨੂੰ ਵੀ ਬੜੇ ਚਾਅ ਨਾਲ ਕਰਨਾ ਹੈ, ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆਂ ਕਰਨਾ ਹੈ। ਕਦੇ ਵੀ ਘਰ ਦੇ ਕੰਮਾਂ ਦੇ ਵਿੱਚ ਲੜਾਈ ਝਗੜਾ ਕਲੇਸ਼ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਜਿਹੜੀਆਂ ਭੈਣਾਂ ਬੀਬੀਆਂ ਦੀ ਡਿਊਟੀ
ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣ ਦੀ ਹੈ ਨਾ, ਉਹ ਭੈਣਾਂ ਦੇ ਅੱਗੇ ਤਾਂ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿ ਭੈਣੋ, ਜੋ ਬੀਬੀ ਭੈਣ ਘਰ ਦੇ ਜੀਆਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਉਂਦੀ ਹੈ ਨਾ, ਉਹਦਾ ਮਨ ਖੁਸ਼ ਹੋਣਾ ਬਹੁਤ ਜ਼ਰੂਰੀ ਆ। ਉਹਦਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਉਹਦੇ ਰਾਹੀਂ ਜੋ ਭੋਜਨ ਪ੍ਰਸ਼ਾਦਾ ਬਣ ਰਿਹਾ ਹੈ ਨਾ, ਉਹ ਭੋਜਨ ਪ੍ਰਸ਼ਾਦੇ ਦੇ ਉੱਤੇ ਤੁਹਾਡੇ ਮਨ ਦੀ ਭਾਵਨਾ ਨੇ ਵੀ ਅਸਰ ਕਰਨਾ ਹੈ। ਭਾਵ ਕਿ ਜੋ ਵੀ ਜੀਅ ਉਹ ਭੋਜਨ ਪ੍ਰਸ਼ਾਦਾ ਬਣਾ ਰਿਹਾ ਹੈ, ਜੇਕਰ ਕੋਈ ਖੁਸ਼ੀ ਖੁਸ਼ੀ ਚਾਹ ਦੇ ਨਾਲ ਭੋਜਨ ਪ੍ਰਸ਼ਾਦਾ ਬਣਾ ਰਿਹਾ ਹੈ, ਗੁਰਬਾਣੀ ਦਾ ਪਾਠ ਕਰਦੇ ਕਰਦੇ ਭੋਜਨ ਪ੍ਰਸ਼ਾਦਾ ਬਣਾ ਰਿਹਾ ਹੈ, ਤਾਂ ਉਹ ਭੋਜਨ ਪ੍ਰਸ਼ਾਦੇ ਦੀ ਜਿਹੜੀ ਤਾਕਤ ਆ, ਊਰਜਾ, ਐਨਰਜੀ ਆ, ਉਹ ਕਿਤੇ ਜ਼ਿਆਦਾ ਵੱਧ ਜਾਵੇਗੀ। ਜਦੋਂ ਗੁਰਬਾਣੀ ਦਾ ਪਾਠ ਕਰਦੇ ਹੋਏ ਆਪਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਨਾ, ਸਾਡਾ ਭੋਜਨ ਪ੍ਰਸ਼ਾਦਾ ਅੰਮ੍ਰਿਤਮਈ ਬਣ ਜਾਂਦਾ ਹੈ, ਅੰਮ੍ਰਿਤ ਰੂਪੀ। ਫਿਰ ਜਿਸ ਵੀ ਜੀ ਦੇ ਅੰਦਰੋਂ ਭੋਜਨ ਪ੍ਰਸ਼ਾਦਾ ਜਾਵੇਗਾ, ਉਸ ਜੀ ਦੇ ਪਤਾ ਨਹੀਂ ਕਿੰਨੇ ਦੁੱਖ ਦਰਦ ਕੱਟ ਦੇਵੇਗਾ। ਪਰ ਜੇਕਰ ਉਹੀ ਭੋਜਨ ਪ੍ਰਸ਼ਾਦਾ ਅਸੀਂ ਲੜਾਈ ਝਗੜਾ ਕਰਕੇ ਬਣਾ ਰਹੇ ਹਾਂ, ਜਾਂ ਸਾਡੇ ਮਨ ਦੇ ਵਿੱਚ ਗਲਤ ਗਲਤ ਵਿਚਾਰ ਚੱਲ ਰਹੇ ਨੇ, ਜਾਂ ਸਾਡੇ ਮਨ ਦੇ ਵਿੱਚ ਕੋਈ ਚਿੰਤਾ ਚੱਲ ਰਹੀ ਆ, ਤਾਂ ਤੁਸੀਂ ਯਕੀਨ ਕਰਕੇ ਜਾਂਦੇ ਹੋ ਜੀ, ਉਹੀ ਚਿੰਤਾ, ਉਹੀ ਬੇਚੈਨੀ ਖਾਣ ਵਾਲੇ ਜੀਆਂ ਦੇ ਮਨ ਦੇ ਉੱਤੇ ਵੀ ਅਸਰ ਕਰੇਗੀ। ਇਸ ਕਰਕੇ ਭੈਣਾਂ ਬੀਬੀਆਂ, ਭੋਜਨ ਪ੍ਰਸ਼ਾਦਾ ਬਣਾਉਂਦੇ ਸਮੇਂ ਜ਼ਰੂਰ ਧਿਆਨ ਰੱਖੋ ਕਿ ਮਨ ਦੇ ਵਿੱਚ ਕੋਈ ਮਾੜਾ ਵਿਚਾਰ ਨਾ ਆਵੇ। ਕੋਈ ਲੜਾਈ ਝਗੜੇ ਵਾਲੀ ਗੱਲ ਆਪਣੀ ਰਸੋਈ ਦੇ ਵਿੱਚ ਨਹੀਂ ਕਰਨੀ ਚਾਹੀਦੀ। ਆਪਣੀ ਰਸੋਈ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਹੀ ਸਾਰੇ ਕੰਮ ਕਾਰ ਕਰੋ। ਜੇਕਰ ਘਰ ਦੇ ਵਿੱਚ ਇੱਕ ਔਰਤ ਆ, ਉਹ ਵੀ ਧਿਆਨ ਰੱਖੇ। ਜੇਕਰ ਘਰ ਦੇ ਵਿੱਚ ਦੋ ਚਾਰ ਔਰਤਾਂ ਨੇ, ਉਹ ਵੀ ਧਿਆਨ ਰੱਖੋ ਵੀ ਇਹ ਨਹੀਂ ਆ ਵੀ ਜੇ ਤੁਹਾਡੀ ਬਣਦੀ ਨਹੀਂ ਆ ਤਾਂ ਤੁਸੀਂ ਹਮੇਸ਼ਾ ਲੜਾਈ ਝਗੜਾ ਕਰਕੇ ਕੰਮ ਕਰਨੇ ਆ। ਜਾਂ ਕਈ ਘਰਾਂ ਦੇ ਵਿੱਚ ਉਲਟ ਹੋ ਜਾਂਦਾ ਵੀ ਕਈਆਂ ਦੀ ਬਹੁਤੀ ਬਣਦੀ ਹੁੰਦੀ ਆ, ਦਰਾਣੀ ਜਠਾਣੀ ਦੀ, ਨੂੰਹ ਸੱਸ ਦੀ, ਤਾਂ ਉਹ ਕੋਈ ਕਰਦੀਆਂ ਨੇ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ, ਉਹ ਫਿਰ ਨਾਲ ਨਾਲ ਗੱਲਾਂ ਕਰਦੀਆਂ ਰਹਿੰਦੀਆਂ ਨੇ। ਤਾਂ ਇਹ ਦੋਵੇਂ ਹੀ ਤਰੀਕੇ ਗਲਤ ਨੇ, ਨਾ ਹੀ ਗੱਲਾਂ ਕਰਨੀਆਂ ਨੇ, ਨਾ ਹੀ ਲੜਾਈ ਝਗੜਾ ਕਰਨਾ ਹੈ। ਜੇ ਗੱਲਾਂ ਕਰਨੀਆਂ ਨੇ ਫਿਰ ਗੁਰੂ ਦੀਆਂ ਗੱਲਾਂ ਕਰਨੀਆਂ ਹੈ, ਗੁਰਬਾਣੀ ਦੀਆਂ ਗੱਲਾਂ ਕਰਨੀਆਂ ਨੇ। ਸਭ ਤੋਂ ਵਧੀਆ ਤਰੀਕਾ ਹੈ ਕਿ ਗੁਰਬਾਣੀ ਦਾ ਪਾਠ ਲਗਾ ਲਓ। ਅਤੇ ਜਦੋਂ ਭੈਣਾਂ ਬੀਬੀਆਂ ਆਪਣੇ ਘਰ ਦੇ ਵਿੱਚ ਸਾਫ਼ ਸਫਾਈ ਕਰਦੀਆਂ ਨੇ, ਸਾਡਾ ਸਭ ਤੋਂ ਜ਼ਿਆਦਾ ਸਮਾਂ ਘਰ ਦੀ ਸਾਫ਼ ਸਫਾਈ ਕਰਨ 'ਤੇ ਲੱਗਦਾ ਹੈ। ਪਹਿਲਾਂ ਝਾੜੂ ਲਗਾਓ, ਪੋਚੇ ਲਗਾਓ, ਡਸਟਿੰਗ ਦਾਰੋ। ਤਾਂ ਜੇਕਰ ਆਪਾਂ ਘਰ ਦੇ ਵਿੱਚ ਝਾੜੂ ਪੋਚਾ ਲਗਾਉਂਦੇ ਹੋਏ, ਸਾਫ਼ ਸਫਾਈ ਕਰਦੇ ਹੋਏ ਇਹ ਨਿਯਮ ਪੱਕਾ ਕਰ ਲਈਏ ਕਿ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਹੀ ਇਹ ਸਾਰੇ ਕੰਮ ਕਰਨੇ ਆ, ਤਾਂ ਸਾਡੇ ਸਾਰੇ ਘਰ ਦਾ ਮਾਹੌਲ ਪਵਿੱਤਰ ਹੋ ਜਾਵੇਗਾ। ਕਿਉਂਕਿ ਦੇਖੋ, ਘਰ ਦੇ ਹਰ ਕੋਨੇ ਦੇ ਵਿੱਚ ਆਪਾਂ ਸਾਫ਼ ਸਫਾਈ ਕਰਦੇ ਹਾਂ, ਘਰ ਦੇ ਵਿੱਚ ਸਾਫ਼ ਸਫਾਈ ਵੀ ਹੋ ਜਾਵੇਗੀ ਅਤੇ ਘਰ ਦੀ ਜਿਹੜੀ ਵਾਈਬ੍ਰੇਸ਼ਨ ਆ ਉਹ ਵੀ ਪੋਜ਼ਿਟਿਵ ਹੋ ਜਾਵੇਗੀ, ਕਿਉਂਕਿ ਘਰ ਦੇ ਹਰ ਕੋਨੇ ਦੇ ਵਿੱਚ ਅਸੀਂ ਵਾਹਿਗੁਰੂ ਜਪਿਆ ਹੈ, ਸਾਰੇ ਘਰ ਦੇ ਵਿੱਚ ਨਾਮ ਦਾ ਛੱਟਾ ਦਿੱਤਾ ਹੈ। ਤਾਂ ਮੇਰੀਆਂ ਭੈਣਾਂ, ਇਹ ਕੰਮ ਵੀ ਜ਼ਰੂਰ ਕਰਕੇ ਦੇਖਿਓ ਜੀ। ਜਦੋਂ ਹੀ ਆਪਾਂ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਬਦਲਾਵ ਕਰਦੇ ਹਾਂ ਨਾ, ਯਕੀਨ ਕਰਕੇ ਜਾਣਿਓ ਜੇ ਸਾਡੇ ਘਰ ਪਰਿਵਾਰ ਦੇ ਵਿੱਚ ਬੜੇ ਹੀ ਚੰਗੇ ਬਦਲਾਵ ਆਉਂਦੇ ਨੇ, ਬੜੀ ਤੇਜ਼ੀ ਦੇ ਨਾਲ ਆਉਂਦੇ ਨੇ। ਤਾਂ ਘਰ ਦੇ ਜੋ ਵੀ ਕੰਮ ਕਾਰ ਕਰਨੇ ਆ, ਭਾਵੇਂ ਜੂਠੇ ਬਰਤਨ ਸਾਫ਼ ਕਰ ਰਹੇ ਹਾਂ, ਝਾੜੂ ਪੋਚਾ ਲਗਾ ਰਹੇ ਹਾਂ, ਵਾਹਿਗੁਰੂ ਜੀ ਦਾ ਜਾਪ ਕਰ ਲਓ, ਮੂਲ ਮੰਤਰ ਜੀ ਦਾ ਜਾਪ ਕਰ ਲਓ। ਸਵੇਰੇ ਜਦੋਂ ਉੱਠਦੇ ਹਾਂ, ਸਾਰ ਆਪਾਂ ਰਸੋਈ ਦੇ ਵਿੱਚ ਆਉਂਦੇ ਹਾਂ, ਉਦੋਂ ਵੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ। ਫਿਰ ਜੋ ਵੀ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਹੈ, ਜਾਂ ਜਿੰਨੀ ਵਾਰ ਵੀ ਤੁਹਾਡੇ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਦਾ ਹੈ,
ਵਾਹਿਗੁਰੂ ਜੀ ਦਾ ਨਾਮ ਜਪਦਿਆਂ ਜਪਦਿਆਂ ਬਣੇ। ਘਰ ਵਿੱਚ ਝਾੜੂ ਪੋਚਾ ਲਾਉਂਦੀਆਂ ਭੈਣਾਂ ਵਾਹਿਗੁਰੂ ਜੀ ਦਾ ਨਾਮ ਜਪੋ, ਮੂਲ ਮੰਤਰ ਜੀ ਦਾ ਜਾਪ ਕਰੋ। ਜਦੋਂ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਪੂਰੀ ਖੁੱਲ੍ਹ ਦਿੱਤੀ ਆ ਵੀ ਅਸੀਂ ਉੱਠਦੇ ਹਾਂ, ਬਹਿੰਦੇ ਹਾਂ, ਤੁਰਦੇ ਹਾਂ, ਫਿਰਦੇ ਹਾਂ, ਨਾਮ ਜਪ ਸਕਦੇ ਹਾਂ, ਤਾਂ ਫਿਰ ਅਸੀਂ ਫਾਇਦਾ ਚੁੱਕੀਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸੌਖਾ ਕੰਮ ਕਰਕੇ ਦਿੱਤਾ ਹੈ ਨਾ। ਸਾਨੂੰ ਕੋਈ ਘਰ ਘਰਸਤੀ ਛੱਡਣ ਦੀ ਲੋੜ ਨਹੀਂ ਆ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਤਪੱਸਿਆ ਕਰਨ ਦੀ ਲੋੜ ਨਹੀਂ ਆ। ਘਰ ਦੇ ਵਿੱਚ ਰਹਿੰਦਿਆਂ ਹੋਇਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ। ਨਾਲੇ ਸਾਡਾ ਆਪਣਾ ਭਲਾ ਹੋਵੇਗਾ, ਪੂਰੇ ਪਰਿਵਾਰ ਦਾ ਵੀ ਭਲਾ ਹੋ ਜਾਵੇਗਾ। ਤੇ ਇਹ ਭੈਣਾਂ ਬੀਬੀਆਂ ਜ਼ਰੂਰ ਗੌਰ ਕਰਿਓ ਜੀ, ਯਕੀਨ ਕਰਕੇ ਜਾਣਿਓ ਜੇ, ਬੜੀ ਤੇਜ਼ੀ ਦੇ ਨਾਲ ਘਰ ਦੇ ਵਿੱਚ ਬਦਲਾਵ ਆਉਣਗੇ। ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ। ਉਸ ਤੋਂ ਬਾਅਦ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਮਹਿਮਾਨ ਆਉਂਦਾ ਹੈ, ਕੋਈ ਵੀ ਜੀ ਆਉਂਦਾ ਹੈ, ਉਹਨੂੰ ਦੇਖ ਕੇ ਕਦੇ ਵੀ ਮੱਥੇ ਵੱਟ ਨਾ ਪਾਓ, ਉਹਦਾ ਮਨ ਤੋਂ ਆਦਰ ਸਤਿਕਾਰ ਕਰੋ, ਸੇਵਾ ਕਰੋ। ਕਿਉਂਕਿ ਕੋਈ ਪਤਾ ਨਹੀਂ, ਜਿਹੜਾ ਜੀ ਸਾਡੇ ਘਰ ਦੇ ਵਿੱਚ ਆਇਆ ਹੈ ਉਹਦੇ ਉੱਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਕਿੰਨੇ ਖੁਸ਼ ਹੋਣ, ਉਹਦੇ ਕਿੰਨਾ ਨੇੜੇ ਹੋਣ, ਉਹਦੇ ਕਰਕੇ ਸਾਡਾ ਵੀ ਭਲਾ ਹੋ ਸਕਦਾ ਹੈ। ਤਾਂ ਘਰ ਆਏ ਜੀ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਉਣਾ, ਜਿੰਨੇ ਜੋਗੇ ਆ ਉਹਦੀ ਪੂਰੀ ਸੇਵਾ ਕਰਨੀ ਆ, ਸਤਿਕਾਰ ਕਰਨਾ ਹੈ। ਰੋਟੀ ਭਾਵੇਂ ਰੁੱਖੀ ਮਿੱਸੀ ਖਵਾ ਦਿਉ, ਪਰ ਖਵਾਓ ਖੁਸ਼ੀ ਖੁਸ਼ੀ, ਵਾਹਿਗੁਰੂ ਜੀ ਦਾ ਜਾਪ ਕਰਕੇ। ਕੋਈ ਪਤਾ ਨਹੀਂ ਉਹਦੇ ਮੂੰਹੋਂ ਨਿਕਲੀ ਹੋਈ ਅਸੀਸ ਸਾਡਾ ਬੇੜਾ ਪਾਰ ਕਰ ਜਾਵੇ, ਕੋਈ ਪਤਾ ਨਹੀਂ ਉਹ ਕਿੰਨੇ ਕਰਮਾਂ ਭਾਗਾਂ ਵਾਲਾ ਜੀ ਸਾਡੇ ਘਰ ਆਇਆ ਹੈ। ਉਸ ਤੋਂ ਬਾਅਦ ਭੈਣੋ ਆਪਣੇ ਘਰ ਦੀ ਰੋਜ਼ਾਨਾ ਸਾਫ਼ ਸਫਾਈ ਕਰਨੀ ਆ, ਘਰ ਨੂੰ ਪੂਰਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਨੀ ਆ। ਕਿਉਂਕਿ ਜਿੰਨਾ ਹੀ ਸਾਡਾ ਘਰ ਸਾਫ਼ ਸੁਥਰਾ ਹੋਵੇਗਾ, ਘਰ ਵਿੱਚ ਸਾਫ਼ ਸਫਾਈ ਹੋਵੇਗੀ, ਓਨਾ ਹੀ ਸਾਡਾ ਮਨ ਸ਼ਾਂਤ ਰਹੇਗਾ। ਜੇ ਘਰ ਦੇ ਵਿੱਚ ਚੀਜ਼ਾਂ ਖਿਲਰੀਆਂ ਨੇ, ਕੂੜਾ ਕਰਕਟ ਪਿਆ ਹੈ, ਗੰਦਗੀ ਪਈ ਆ, ਤਾਂ ਫਿਰ ਮਨ ਕਾਲਾ ਪਿਆ ਰਹਿੰਦਾ ਹੈ, ਨਾ ਹੀ ਘਰ ਦੇ ਜੀਆਂ ਨੂੰ ਇਹ ਚੰਗਾ ਲੱਗਦਾ ਹੈ, ਨਾ ਹੀ ਬਾਹਰ ਤੋਂ ਆਏ ਜੀ ਨੂੰ ਚੰਗਾ ਲੱਗੇਗਾ। ਤਾਂ ਘਰ ਦੀ ਸਾਫ਼ ਸਫਾਈ ਰੋਜ਼ਾਨਾ ਕਰਨੀ ਆ, ਉਹ ਵੀ ਪ੍ਰੋਪਰ। ਇਹ ਨਹੀਂ ਆ ਵੀ ਘਰ ਦਾ ਕੂੜਾ ਕਰਕਟ ਘਰ ਦੇ ਬੂਹੇ ਅੱਗੇ ਲਾ ਲਿਆ, ਨਹੀਂ, ਆਪਣਾ ਘਰ ਆਪਣਾ ਆਲਾ ਦੁਆਲਾ ਵੀ ਸਾਫ਼ ਰੱਖਣਾ ਹੈ। ਫਿਰ ਉਸ ਤੋਂ ਬਾਅਦ ਆਪਣੇ ਸਰੀਰ ਦੀ ਵੀ ਸਾਫ਼ ਸਫਾਈ ਰੱਖਣੀ ਆ, ਰੋਜ਼ਾਨਾ ਇਸ਼ਨਾਨ ਕਰਨਾ, ਰੋਜ਼ਾਨਾ ਹੀ ਸਾਫ਼ ਸੁਥਰੇ ਕੱਪੜੇ ਪਹਿਨਣੇ, ਉਸ ਤੋਂ ਬਾਅਦ ਆਪਣੇ ਮਨ ਦੀ ਸਾਫ਼ ਸਫਾਈ ਕਰਨੀ। ਕਿਉਂਕਿ ਘਰ ਦੀ ਅਤੇ ਸਰੀਰ ਦੀ ਸਾਫ਼ ਸਫਾਈ ਤਾਂ ਸਾਰੇ ਹੀ ਕਰ ਲੈਂਦੇ ਆ, ਭੁੱਲਦੇ ਆਪਾਂ ਮਨ ਦੀ ਸਾਫ਼ ਸਫਾਈ ਕਰਨਾ ਹੈ। ਮਨ ਦੇ ਵਿੱਚ ਕੋਈ ਵੀ ਫਾਲਤੂ ਦੀਆਂ ਗੱਲਾਂ ਨਹੀਂ ਰੱਖਣੀਆਂ, ਮੈਨੂੰ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਉਹ ਕਹਿਤਾ, ਨਾ, ਜੋ ਕਹਿਤਾ ਸੋ ਕਹਿਤਾ, ਭੁੱਲ ਜਾਓ। ਕਿਉਂਕਿ ਜਿੰਨਾ ਹੀ ਉਹਨਾਂ ਗੱਲਾਂ ਨੂੰ ਆਪਾਂ ਯਾਦ ਰੱਖਾਂਗੇ ਨਾ, ਓਨਾ ਹੀ ਸਾਡਾ ਮਨ ਕਮਜ਼ੋਰ ਹੋਣਾ ਹੈ, ਸਾਡਾ ਮਨ ਦੁਖੀ ਹੋਣਾ ਹੈ। ਜੇ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਹੈ ਨਾ, ਉਹਨੂੰ ਭੁੱਲ ਜਾਓ। ਮਾਫ਼ ਕਰਨਾ ਸਭ ਤੋਂ ਵੱਡਾ ਗੁਣ ਆ। ਅਤੇ ਆਪਣੇ ਮਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਰੋਜ਼ਾਨਾ ਸਵੇਰੇ ਉੱਠਦਿਆਂ ਸਾਰ ਗੁਰਬਾਣੀ ਦਾ ਪਾਠ ਕਰਨਾ ਹੈ, ਆਪਣੇ ਮਨ ਨੂੰ ਗੁਰੂ ਦੇ ਗਿਆਨ ਨਾਲ ਭਰਨਾ ਹੈ। ਤਾਂ ਦੇਖਣਾ ਫਿਰ ਕਿਸੇ 'ਤੇ ਗੁੱਸਾ ਨਹੀਂ ਆਵੇਗਾ, ਕਿਸੇ 'ਤੇ ਈਰਖਾ ਨਹੀਂ ਆਵੇਗੀ। ਅਤੇ ਇਹ ਗੁੱਸਾ, ਹੰਕਾਰ, ਈਰਖਾ ਇਹੀ ਸਾਡੀ ਮਨ ਦੀ ਮੈਲ ਆ। ਜਦੋਂ ਅਸੀਂ ਉੱਠਦਿਆਂ ਸਾਰ ਆਪਣੇ ਮਨ ਨੂੰ ਗੁਰੂ ਦੇ ਗਿਆਨ ਦੇ ਨਾਲ ਭਰ ਲਿਆ, ਗੁਰੂ ਚਰਨਾਂ ਦੇ ਨਾਲ ਜੋੜ ਲਿਆ, ਤਾਂ ਇਹ ਜਿਹੜੀ ਮੈਲ ਆ, ਇਹ ਜਿਹੜੇ ਔਗਣ ਨੇ, ਇਹ ਸਾਡੇ ਆਸ ਪਾਸ ਵੀ ਨਹੀਂ ਭਟਕਣਗੇ। ਤਾਂ ਤਨ ਮਨ ਦੀ ਸਾਫ਼ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਆ। ਤਨ ਦੀ ਸਫਾਈ ਕਰਨੀ ਆ ਪਾਣੀ ਦੇ ਨਾਲ, ਅਤੇ ਮਨ ਦੀ ਸਫਾਈ ਕਰਨੀ ਆ ਬਾਣੀ ਦੇ ਨਾਲ।